ਰਿਜ਼ੋਰਟ ਦੇ ਵਿੱਚ ਬਤੌਰ ਸੁਰੱਖਿਆ ਗਾਰਡ ਸੇਵਾਵਾਂ ਨਿਭਾ ਰਹੇ ਪਿੰਡ ਭੁੱਲਰ ਦੇ ਨਿਵਾਸੀ ਅਰਸ਼ਦੀਪ ਸਿੰਘ ਨਾਮ ਦੇ ਨੌਜਵਾਨ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ ਹੈ। ਉਕਤ ਨੌਜਵਾਨ ਨੂੰ ਪਿੰਡ ਕੋਣੀ ਦਾ ਨਿਵਾਸੀ ਇੱਕ ਨੌਜਵਾਨ ਆਪਣੇ ਸਾਥੀ ਸਮੇਤ ਗੰਭੀਰ ਹਾਲਤ ਦੇ ਵਿੱਚ ਸਿਵਲ ਹਸਪਤਾਲ ਲੈ ਕੇ ਪਹੁੰਚਿਆ ਸੀ, ਜਿੱਥੇ ਕਿ ਰਾਤ ਵਿੱਚ 1 ਵਜੇ ਉਕਤ ਅਰਸ਼ਦੀਪ ਸਿੰਘ ਨੇ ਦਮ ਤੋੜ ਦਿੱਤਾ। ਸੋ ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ। ਡਾਕਟਰਾਂ ਮੁਤਾਬਿਕ ਜਦੋਂ ਉਕਤ ਨੌਜਵਾਨ ਨੂੰ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ ਸੀ ਤਾਂ ਉਸਦੇ ਮੂੰਹ ਵਿੱਚੋਂ ਝੱਗਨੁਮਾ ਪਦਾਰਥ ਨਿਕਲ ਰਿਹਾ ਸੀ, ਜਿਸ ਕਰਕੇ ਇਹ ਮੌਤ ਕਥਿਤ ਰੂਪ ਦੇ ਵਿੱਚ ਓਵਰਡੋਜ਼ ਦੇ ਨਾਲ ਹੋਈ ਆਖੀ ਜਾ ਸਕਦੀ ਹੈ। ਪਰੰਤੂ ਇਸ ਮਾਮਲੇ ਦੇ ਵਿੱਚ ਮੁਕੰਮਲ ਫੈਸਲਾ ਫੋਰੈਂਸਿਕ ਰਿਪੋਰਟ ਅਤੇ ਵਿਸਲਾ ਰਿਪੋਰਟ ਆਉਣ ਤੋਂ ਬਾਅਦ ਹੀ ਮੰਨਿਆ ਜਾਵੇਗਾ। ਹਾਂਜੀ, ਰਾਤ ਨੂੰ ਨਾ ਇੱਕ ਰਿਕਾਰਡ ਅਨੁਸਾਰ ਇੱਕ ਰਾਤ ਨੂੰ ਡੈੱਡ ਬੋਡੀ ਆਈ ਸੀ ਅਰਸ਼ ਪੇਸ਼ੈਂਟ ਦੀ। ਉਹ 1 ਵਜੇ ਦਾ ਟਾਈਮ ਲਿਖਿਆ ਹੋਇਆ ਉਹਦੇ ਵਿੱਚ, ਉਹਦੇ ਵਿੱਚ ਮੁੱਢਲੇ ਹਾਲਾਤਾਂ ਵਿੱਚ ਪੇਸ਼ੈਂਟ ਦੀ ਹਾਲਤ ਠੀਕ ਸੀ, ਪਰ ਉਸ ਤੋਂ ਬਾਅਦ ਹੌਲੀ ਹੌਲੀ ਕਰਕੇ ਪੇਸ਼ੈਂਟ ਸੀਰੀਅਸ ਹੁੰਦਾ ਗਿਆ ਅਤੇ ਡਾਕਟਰ ਸਾਹਿਬ ਨੇ ਰੁਕਾ ਭੇਜਿਆ ਹੋਇਆ ਜਿਹਨਾਂ ਵਿੱਚ ਉਹਨਾਂ ਨੂੰ ਸ਼ੱਕ ਲੱਗਦਾ ਸੀਗਾ ਕਿ ਬਈ ਪੇਸ਼ੈਂਟ ਨੇ ਕੁਛ ਖਾਧਾ ਪੀਤਾ ਜਾਂ ਕੁਛ ਹੋ ਸਕਦਾ, ਕੁਛ ਓਵਰਡੋਜ਼ ਹੋਈ ਹੋਵੇ, ਅਤੇ ਬਸ ਇਹੀ ਹੈ ਜੀ। ਹਾਂਜੀ, ਅੱਜ ਉਹਦਾ ਪੋਸਟਮਾਰਟਮ ਕੀਤਾ ਗਿਆ, ਅੱਜ ਪੋਸਟਮਾਰਟਮ ਵੀ ਹੋ ਗਿਆ, ਸ਼ਾਮ ਨੂੰ ਪੋਸਟਮਾਰਟਮ ਕੀਤਾ, ਉਹਦੇ ਮੂੰਹ 'ਚ ਝੱਗ ਨਿਕਲੀ ਹੋਈ ਸੀ।